ਦੇਖੋ ਜੀ, ਜੇ ਆਪਣੇ ਆਪ ਨੂੰ ਪੰਜਾਬ ਆਪਣੇ ਪੰਜਾਬੀ ਆਉਂਦੀ ਆ, ਬਾਕੀ ਰਹੀ ਜੇ ਭਾਰਤੀ ਪੰਜਾਬ ਦੇ ਵਿੱਚ ਕੋਈ ਸ਼ੋਅ ਕਰਦੀ ਆ ਜਾਂ ਕਿਤੇ ਕੋਈ ਆਉਂਦੀ, ਤਾਂ ਅਸੀਂ ਉਹਦਾ ਜਿਹੜਾ ਪੂਰੇ ਮਸੀਹ ਭਾਈਚਾਰੇ ਵੱਲੋਂ ਡੱਟ ਕੇ ਵਿਰੋਧ ਕਰਾਂਗੇ। ਵੇਖੋ ਜੀ, ਅੱਜ ਦਾ ਜਿਹੜਾ ਸਾਡਾ ਪ੍ਰਦਰਸ਼ਨ ਸੀਗਾ ਬਟਾਲੇ ਦੇ ਵਿੱਚ, ਇਹ ਸਾਡਾ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਇੱਕ ਫਲਿੱਪਕਾਰਟ ਚੈਨਲ ਆ ਜਿੱਤੇ ਵੈਬ ਸੀਰੀਜ਼ ਇੱਕ ਬੈਕ ਬੈਂਚਸ ਕਰਕੇ ਇੱਕ ਪ੍ਰੋਗਰਾਮ ਆ, ਉਹਦੇ ਵਿੱਚ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖਾਨ ਔਰ ਭਾਰਤੀ ਜਿਹੜੀ ਆਪਣੇ ਆਪ ਨੂੰ ਅੰਮ੍ਰਿਤਸਰ ਦਾ ਕਹਿੰਦੀ ਹੈ ਪੰਜਾਬ ਦੇ ਵਿੱਚ, ਉਹਨਾਂ ਨੇ ਸਾਡੇ ਪਵਿੱਤਰ ਸ਼ਬਦ ਹਲੇਲੂਇਆ ਦਾ ਜਿਹੜਾ ਬੇਹੁਦਾ ਤਰੀਕੇ ਦੇ ਨਾਲ ਮਜ਼ਾਕ ਉਡਾਇਆ, ਔਰ ਉਸ ਮਜ਼ਾਕ ਦੇ ਨਾਲ ਸਾਡੇ ਅੱਜ ਇਸ ਸ਼ਹਿਰ ਦੇ ਵਿੱਚ ਜਿਹੜੀਆਂ ਸਾਡੀਆਂ ਜਥੇਬੰਦੀਆਂ ਕ੍ਰਿਸ਼ਨ ਸੇਵਾ ਫਰੰਟ ਦੇ ਪ੍ਰਧਾਨ ਆਰਫ ਚੌਹਾਨ ਜੀ, ਨੈਸ਼ਨਲ ਕ੍ਰਿਸ਼ਨ ਫਰੰਟ ਜੋਰਜ ਗਿੱਲ ਜੀ, ਪਾਸਟਰ ਐਸੋਸੀਏਸ਼ਨ ਬਟਾਲਾ ਵਿਸ਼ਵ ਜਗਿੰਦਰਪਾਲ ਜੀ, ਰੋਮਨ ਮੈਥਿਊ ਜੀ ਔਰ ਡੇਰਾ ਬਾਬਾ ਨਾਨਕ ਗੁਰੂ ਗਰੀਬ ਸਿੰਘ ਜੀ ਔਰ ਸਾਡੇ ਚੀਫ ਪਾਸਟਰ ਅਨਵਰ ਮਸੀਹ ਜੀ, ਸ਼ਾਲ ਮਿਸ਼ਨ ਆਰਮੀ ਤੋਂ ਵੱਖ ਵੱਖ ਜਥੇਬੰਦੀਆਂ ਅੱਜ ਇਸ ਜਗ੍ਹਾ 'ਤੇ ਆਈਆਂ ਨੇ, ਔਰ ਸਾਡਾ ਇਹ ਮੰਗ ਕੀਤੀ ਗਈ ਹੈ ਕਿ ਜਿਹੜਾ ਪਰਚਾ ਦਰਜ ਜਨਾਲੇ 'ਚ ਹੋਇਆ, ਜਿਹੜਾ ਫਲਿੱਪਕਾਰਟ ਦਾ ਚੈਨਲ ਆ ਕ੍ਰਿਸ਼ਨਾ ਮੂਰਤੀ ਕਰਕੇ ਜਿਹੜਾ ਬੰਗਲੌਰ ਦੇ ਵਿੱਚ ਆ, ਇਹਦਾ ਹੈੱਡ ਆਫਿਸ ਬੰਗਲੌਰ ਆ, ਉੱਥੋਂ ਇਹ ਚੈਨਲ ਓਪਰੇਟ ਕੀਤਾ ਜਾਂਦਾ, ਉਹ ਚੈਨਲ ਮਾਲਕ ਦਾ ਜਿਹੜਾ ਪਰਚਾ ਦਰਜ ਕੀਤਾ ਜਾਏ, ਔਰ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ ਸਾਡੇ SSP ਸਾਹਿਬ ਨੇ, ਸਾਡੇ DSP ਸਿਟੀ ਇਸ ਜਗ੍ਹਾ 'ਤੇ ਆਏ ਸੀ, ਉਹ ਸਾਡੇ ਕੋਲ ਮੰਗ ਪੱਤਰ ਲੈ ਕੇ ਗਏ ਨੇ, ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਅਜਨਾਲਾ ਪੁਲਿਸ ਨੂੰ ਬਟਾਲੇ ਦੇ ਬਿਹਾਫ ਦੇ ਉੱਤੇ ਜਿਹੜਾ ਤੁਹਾਡਾ ਮੰਗ ਪੱਤਰ ਭੇਜਾਂਗੇ ਕਿ ਕ੍ਰਿਸ਼ਨਾ ਮੂਰਤੀ ਦੇ ਉੱਤੇ ਵੀ ਜਿਹੜਾ ਪਰਚਾ ਦਰਜ ਕੀਤਾ ਜਾਏ। ਬੰਬੇ ਜਾਣ ਦੀ ਵੀ ਪਾਲਿਸੀ ਬਣੀ? ਬਿਲਕੁਲ ਜੀ, ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਹਾਂ ਕਿਉਂਕਿ ਇਹ ਜਿਹੜਾ ਰੋਸ ਆ ਇਹ ਦਿਨ ਬ ਦਿਨ ਵੱਧਦਾ ਜਾ ਰਿਹਾ, ਕਿਉਂਕਿ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਪ੍ਰਸ਼ਾਸਨ ਕਰ ਨਹੀਂ ਰਿਹਾ, ਔਰ ਅਸੀਂ ਬੰਬੇ ਇਹਨਾਂ ਦੇ ਘਰਾਂ 'ਤੇ ਜਾ ਕੇ ਬੰਗਲਿਆਂ ਦੇ ਬਾਹਰ ਸਾਡੀ ਪੰਜਾਬ 'ਚੋਂ ਸਾਰੀਆਂ ਜਥੇਬੰਦੀਆਂ ਇਹ ਉਪਰਾਲਾ ਕਰ ਰਹੀਆਂ ਨੇ ਕਿ ਇੱਕ ਕਮੇਟੀ ਬਣਾ ਕੇ ਉਹ ਟ੍ਰੇਨ ਬੁੱਕ ਕਰਕੇ ਪੂਰੀ ਮਸੀਹ ਭਾਈਚਾਰੇ ਦੇ ਨਾਲ ਬੰਬੇ ਤੱਕ ਇਹਨਾਂ ਦੇ ਘਰਾਂ ਦੇ ਅੱਗੇ ਬੈਠ ਕੇ ਅਸੀਂ ਇਹਨਾਂ ਦਾ ਜਲੂਸ ਕੱਢ ਕੇ ਆਵਾਂਗੇ। ਇਹ 2 ਜਾਂ 3 ਦਿਨ ਦੇ ਵਿੱਚ ਸਾਡੀ ਇਹ ਪਾਲਿਸੀ ਜਿਹੜੀ ਹੈ ਪੂਰੀ ਰੈਡੀ ਹੋ ਜਾਏ। ਮੁਰਦਾਬਾਦ।